ਬਹੁਤ ਵਧੀਆ ਬਹੁਤ ਵਧੀਆ। ਤੁਹਾਨੂੰ ਜਿੱਤਾ ਵਿਰੋਧੀ ਅੱਜ ਨਜ਼ਰ ਨਹੀਂ ਆਏ, 40 ਸਾਲ ਵੀ ਨਜ਼ਰ ਨਹੀਂ ਆ ਰਹੇ। ਤੁਸੀਂ 1 ਜੂਨ ਨੂੰ ਕੀ ਬਣਨਾ, 13-0 ਕਰਾਂਗੇ, ਲੋਕ ਸਭਾ ਚ ਝਾੜੂ ਫਿਰੇਗਾ ਜਿੱਦਾਂ ਵਿਧਾਨ ਸਭਾ ਚ ਫਿਰਿਆ। ਰੋਡ ਸ਼ੋ ਬਹੁਤ ਸਫਲ ਹੋਇਆ, ਸਵੇਰ ਦਾ ਬੇਸ ਸਾਹਿਬ ਗੁਰੂ ਘਰ ਦਾ ਮਿੱਟੇ ਦੇ ਲਾਗੇ, ਜਿੱਥੋਂ ਅੰਮ੍ਰਿਤਸਰ ਹਲਕਾ ਸ਼ੁਰੂ ਹੁੰਦਾ ਉੱਥੋਂ ਸ਼ੁਰੂ ਕਰਕੇ ਸੈਂਕੜੇ ਪਿੰਡਾਂ ਦੇ ਵਿੱਚੋਂ ਦੀ ਲੰਘ ਕੇ ਅਜੇ ਚਕਾਵੇਂ ਜਾ ਕੇ ਖਤਮ ਕਰਾਂਗੇ 28। ਕਿੱਦਾਂ ਦਾ ਪਿਆਰ ਮਿਲ ਰਿਹਾ? ਬਹੁਤ ਜ਼ਿਆਦਾ ਪਿਆਰ, ਲੋਕਾਂ ਨੇ ਬਹੁਤ ਪਿਆਰ ਕੀਤਾ ਔਰ ਆਪਾਂ 2.5 ਲੱਖ ਦੀ ਇੱਕ ਮੈਂ ਤੁਹਾਡੇ ਰਾਹੀਂ ਪੰਜਾਬੀ ਭਾਈਚਾਰੇ ਨੂੰ ਸਿੱਖਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਪਰਸੋਂ 1 ਜੂਨ ਨੂੰ ਇੰਦਰਾ ਗਾਂਧੀ ਦੇ ਕਾਂਗਰਸ ਸਰਕਾਰ ਨੇ ਹਰਿਮੰਦਰ ਸਾਹਿਬ ਤੇ ਫੌਜ ਚਾੜੀ ਸੀਗੀ, ਇਸ ਗੱਲ ਨੂੰ ਧਿਆਨ ਰੱਖ ਕੇ ਕਿ ਸਾਡੇ ਕਾਲ ਤੱਕ ਟੁੱਟਾ ਗਿਆ, ਸਾਡੇ ਦਰਬਾਰ ਸਾਹਿਬ ਤੇ ਫੌਜਾਂ ਨਾਲ ਟੈਂਕਾਂ ਨਾਲ ਅਟੈਕ ਕੀਤਾ ਗਿਆ। ਇਹ ਯਾਦ ਰੱਖਣਾ, 1 ਤਰੀਕ ਨੂੰ ਫੌਜ ਜਿਹੜੀ ਆ ਦਰਬਾਰ ਸਾਹਿਬ ਦੇ ਹੋਲੀ ਸ਼ੁਰੂ ਹੋਈ ਸੀ। ਸੋ ਕੋਈ ਵੀ ਸਿੱਖ ਜਿਹੜਾ ਕਾਂਗਰਸ ਨੂੰ ਵੋਟ ਨਾ ਪਾਵੇ, ਇਹਨਾਂ ਨੂੰ ਸਜ਼ਾ ਦੇਵੇ। ਮੈਂ ਇੱਕ ਕੋਈ ਬੰਦਾ ਨੀ ਦੱਸ ਸਕਦਾ ਖਾਲੀ ਹੱਥ ਜਮਾਨਤ ਜ਼ਬਤ, ਜੋਸ਼ੀ ਦੀ ਵੀ ਬੀਜੇਪੀ ਦੀ ਵੀ ਤੁਸੀਂ ਦੇਖੀ ਜਾਓ, ਉਹ ਇਹਨਾਂ ਦੀ ਜਮਾਨਤ ਜ਼ਬਤ ਹੋਊਗੀ, 2.5 ਲੱਖ ਦੀ ਲੀਡ ਹੋਊਗੀ, ਤੁਸੀਂ ਦੇਖੀ ਜਾਓ।